ਦੇਖੋ ਜੀ, ਇਹਨਾਂ ਦਾ ਜੈ ਸ਼੍ਰੀ ਰਾਮ, ਜੈ ਸ਼੍ਰੀ ਬਾਲਾ ਜੀ। ਇਹ ਬਜਰੰਗੀ ਸੈਨਾ ਜਿਹੜੀ ਹੈ ਨਾ, ਅੱਜ ਤੋਂ ਕਈ ਸਾਲ ਹੋ ਗਏ ਨੇ ਇਸ ਬਜਰੰਗੀ ਸੈਨਾ ਨੂੰ ਬੰਦਿਆਂ, ਔਰ ਸਾਡੇ ਗੁਰੂ ਸਾਨੂੰ ਵੀ 13-14 ਸਾਲ ਇਸ ਲਾਈਨ ਦੇ ਵਿੱਚ ਹੋ ਗਏ ਨੇ। ਮੈਂ ਜੋਧਾ ਦੇਖਦਾ ਆ ਰਿਹਾ, ਜੋਧਾ ਸੁਣਦਾ ਆ ਰਿਹਾ ਵਾਂ, ਅਤੇ ਜਦੋਂ ਦੀ ਬਜਰੰਗੀ ਸੈਨਾ ਸ਼ੁਰੂ ਹੋਈ ਆ, ਇਹਦੇ ਵਿੱਚ ਬਹੁਤ ਹੀ ਪੰਨੂਜਾ ਯੁਵਾ ਪੀੜ੍ਹੀ ਨੂੰ ਬੜਾ ਸੰਯੋਗ ਮਿਲਿਆ, ਨਸ਼ਿਆਂ ਤੋਂ ਕਈ ਕੁਝ ਚੀਜ਼ਾਂ ਤੋਂ ਇਹਨਾਂ ਨੂੰ ਬਚਾਅ ਹੋਇਆ ਵਾ। ਇੱਕ ਬਹੁਤ ਹੀ ਅੱਛਾ ਮੈਸੇਜ ਹੈ ਹਿੰਦੂ ਧਰਮ ਵਾਸਤੇ ਕਿ ਬਜਰੰਗੀ ਸੈਨਾ ਜਦੋਂ ਜਾਂਦੀ ਹੈ ਨਾ, ਕਈ ਲੋਕ ਵੇਖ ਕੇ ਨਖਮੰਤਰ ਹੁੰਦੇ ਨੇ ਔਰ ਬਹੁਤ ਵਧੀਆ ਲੱਗਦਾ, ਔਰ ਇਹਦੇ ਵਿੱਚ ਕਈ ਬੱਚੇ ਇਸ ਲਾਈਨ ਦੇ ਵਿੱਚ ਚੱਲ ਰਹੇ ਨੇ। ਕਿਸੇ ਕੋਈ ਟਾਈਮ ਸੀ ਜਦੋਂ ਸਿਰਫ 3 ਬੰਦੇ ਝਾਕੀ ਕੱਢਦੇ ਸੀ, ਹੁਣ ਕੋਈ ਟਾਈਮ ਇਹੋ ਜਿਹਾ ਵਾ ਜਦੋਂ 300 ਕੁਛ ਝਾਕੀਆਂ ਨਿਕਲਦੀਆਂ ਵਾ, ਔਰ ਹਰ ਇੱਕ ਟੋਲੀ ਕੋਲ 50-20 ਬੱਚੇ ਹੈਗੇ ਨੇ। ਅਤੇ ਇਹਦਾ ਮਤਲਬ ਹੈ ਕਿ ਇਹ ਯੁਵਾ ਪੀੜ੍ਹੀ ਨਸ਼ਿਆਂ ਤੋਂ ਬਚਦੀ ਆ, ਔਰ ਮੈਂ ਸਭ ਨੂੰ ਅਪੀਲ ਕਰਦਾ ਜਿੰਨੇ ਵੀ ਇਹ ਬਜਰੰਗੀ ਸੈਨਾ ਬਣਾਉਂਦੇ ਨੇ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਜੋੜੋ, ਚੰਗੇ ਰਾਹ ਪਾਓ, ਔਰ ਆਪ ਵੀ ਚੰਗੇ ਕੰਮ ਕਰੋ ਔਰ ਲੋਕਾਂ ਕੋਲ ਵੀ ਕਰਵਾਓ, ਨਸ਼ਿਆਂ ਤੋਂ ਬਚਾਓ ਔਰ ਯੁਵਾ ਬਚਾਓ। ਜੈ ਸ਼੍ਰੀ ਰਾਮ, ਜੈ ਸ਼੍ਰੀ ਬਾਲਾ। ਬਿਲਕੁਲ, ਕਹਿੰਦੇ ਕਿ ਨਸ਼ਿਆਂ ਤੋਂ ਬਚਾਉਣ ਲਈ ਧਰਮ ਨਾਲ ਜੋੜਨਾ ਜ਼ਰੂਰੀ ਹੈ, ਧਾਰਮਿਕ ਕੰਮ ਕਰਨੇ ਚਾਹੀਦੇ ਆ। ਸਾਡੇ ਨਾਲ ਹੋਰ ਵੀ ਸੰਗਤ ਮੌਜੂਦ ਆ, ਗੱਲਬਾਤ ਵੀ ਕਰ ਲਾਂਗੇ। ਕੀ ਕਹਿਣਾ ਚਾਹੋਗੇ ਜੀ, ਅੱਜ ਬਜਰੰਗੀ ਸੈਨਾ ਤੁਹਾਡੇ ਘਰ ਪਹੁੰਚੀ? ਅਸੀਂ ਬਹੁਤ ਧੰਨਵਾਦੀ ਹਾਂ ਕਿ ਮਹਾਮਾਈ ਦੇ ਨਰਾਤਰਿਆਂ ਦੇ ਦੌਰਾਨ ਇਹ ਬਜਰੰਗੀ ਸੈਨਾ ਜੋ ਰਾਮ ਜੀ ਤੋਂ ਚੱਲ ਕੇ ਇੱਥੇ ਪਹੁੰਚੀ ਆ, ਔਰ ਸਾਨੂੰ ਆਸ਼ੀਰਵਾਦ ਦੇਣ ਆਈ ਆ। ਅਸੀਂ ਪਰਮਾਤਮਾ ਅੱਗੇ ਸ਼ੁਕਰ ਕਰਾਂਗੇ ਔਰ ਸਾਰਿਆਂ ਨੂੰ ਇਹ ਵਧਾਈ ਦੇਵਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਸ ਸ਼ੁਭ ਨਰਾਤਰਿਆਂ ਦੀਆਂ, ਔਰ ਪ੍ਰਭੂ ਸ਼੍ਰੀ ਰਾਮ ਦੀਆਂ, ਮਹਾਮਾਈ ਦੀਆਂ ਔਰ ਮਹਾਬਲੀ ਬਜਰੰਗ ਵਾਲੀ ਬਾਲਾ ਜੀ ਦੀ ਕਿਰਪਾ ਸਭ 'ਤੇ ਬਣੀ ਰਹੇ। ਕੀ ਕਹਿਣਾ ਚਾਹੋਗੇ, ਅੱਜ ਬਜਰੰਗੀ ਸੈਨਾ ਤੁਹਾਡੇ ਘਰ ਪਹੁੰਚੀ ਦੁਰਗਿਆਣਾ ਤੀਰਥ ਤੋਂ ਚੱਲ ਕੇ? ਜੈ ਜੈਕਾਰ ਹੈ ਜੀ, ਮਹਾਰਾਣੀ ਦੀ ਪੂਰੀ ਕਿਰਪਾ ਵਾ। ਇਹ ਸਾਡੀ ਹਿੰਦੂ ਸੰਸਕ੍ਰਿਤੀ ਦਾ ਕਲਚਰ ਹੈ ਜਿਹਨੂੰ ਸਾਡੇ ਸਮਾਜ ਦੇ ਅਤੇ ਆਪਣੇ ਲੋਕ ਵੇਖਦੇ ਪਏ ਆ, ਅਤੇ ਸਾਰਾ ਸ਼ਹਿਰ ਹੀ ਆਨੰਦਮਈ ਹੋਇਆ ਦਾ ਵਾ। ਪ੍ਰਭੂ ਸ਼੍ਰੀ ਰਾਮ ਦੀ ਕਿਰਪਾ ਹੀ ਹੈ, ਇਹਨੂੰ ਵੀ ਮੈਂ ਰਾਮਲੀਲਾ ਹੀ ਕਹਾਂਗਾ। ਇਹ ਪ੍ਰਭੂ ਰਾਮ ਦੀ ਲੀਲਾ ਦੇ ਨਾਲ ਹੀ ਸਾਡੇ ਘਰ ਆਏ ਨੇ। ਜੈ ਸ਼੍ਰੀ ਰਾਮ। ਬਿਲਕੁਲ, ਕਹਿੰਦੇ ਕਿ ਵਡਭਾਗੇ ਆ ਕਿ ਜਿਹੜਾ ਦੁਰਗਿਆਣਾ ਤੀਰਥ ਤੋਂ ਚੱਲ ਕੇ ਬਜਰੰਗੀ ਸੈਨਾ 'ਚ